ਸਕੂਲ ਦੇ ਨੇੜੇ ਚੱਲੀ ਗੋਲੀ, ਮੌਕੇ 'ਤੇ ਹੋਈ ਨੌਜਵਾਨ ਦੀ ਮੌਤ, ਆਸੇ ਪਾਸੇ ਮੱਚ ਗਈ ਹਫੜਾ ਦਫੜੀ, CCTV 'ਚ ਕੈਦ ਹੋਈਆਂ ਤਸਵੀਰਾਂ। ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਲੋਨੀ 'ਚ ਸਕੂਲ ਦੇ ਨੇੜੇ ਗੋਲੀਆਂ ਚੱਲੀਆਂ ਨੇ। ਤੁਹਾਨੂੰ ਦੱਸ ਦਈਏ ਕਿ ਦੋ ਹਮਲਾਵਰ ਪੈਦਲ ਆਉਂਦੇ ਨੇ ਅਤੇ ਇੱਕ ਨੌਜਵਾਨ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ। ਹਾਲਾਂਕਿ CCTV ਤਸਵੀਰਾਂ ਵੀ ਮੌਕੇ ਤੋਂ ਸਾਹਮਣੇ ਆਈਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਲੋਨੀ ਦੇ ਵਿੱਚ ਸਕੂਲ ਹੈ ਅਤੇ ਉਸਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਖੜ੍ਹੇ ਨੇ ਅਤੇ ਦੂਸਰੇ ਪਾਸਿਓਂ ਦੋ ਹਮਲਾਵਰ ਆਉਂਦੇ ਨੇ। ਹਾਲਾਂਕਿ ਉਹ ਪੈਦਲ ਆਉਂਦੇ ਨੇ ਅਤੇ ਇੱਕ ਨੌਜਵਾਨ 'ਤੇ ਤਾਬੜ ਤੋੜ ਉਹਨਾਂ ਤੋਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਇਲਾਜ ਲਈ ਨੌਜਵਾਨ ਨੂੰ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਕਿ ਅੰਮ੍ਰਿਤਸਰ 'ਚ ਉਸਦਾ ਇਲਾਜ ਹੁੰਦਾ ਹੈ। ਇਲਾਜ ਦੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ CCTV 'ਚ ਇਹ ਵੀ ਤਸਵੀਰਾਂ ਤੋਂ ਜ਼ਾਹਰ ਹੋ ਰਿਹਾ ਕਿ ਕਿਸ ਤਰ੍ਹਾਂ ਬੱਚਿਆਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ। ਕੋਈ ਇੱਧਰ ਨੂੰ ਭੱਜਦਾ ਹੋਇਆ ਵਿਖਾਈ ਦਿੰਦਾ, ਕੋਈ ਉੱਧਰ ਨੂੰ ਭੱਜਦਾ ਹੋਇਆ ਵਿਖਾਈ ਦਿੰਦਾ, ਪਰ ਉੱਥੇ ਹੀ ਮੌਕੇ 'ਤੇ ਹੀ ਹਫੜਾ ਦਫੜੀ ਦਾ ਜੋ ਮਾਹੌਲ ਹੈ ਉਹ ਬਣ ਜਾਂਦਾ, ਇਲਾਕੇ 'ਚ ਡਰ ਦਾ ਮਾਹੌਲ ਬਣ ਜਾਂਦਾ ਜਦ ਇੱਕਦਮ ਗੋਲੀ ਦੀ ਆਵਾਜ਼ ਆਉਂਦੀ ਹੈ। ਹਾਲਾਂਕਿ ਆਸੇ ਪਾਸੇ ਦੇ ਇਲਾਕਾ ਵਾਸੀਆਂ ਨੂੰ ਲੱਗਦਾ ਹੈ ਕਿ ਬੱਚੇ ਸ਼ਾਇਦ ਪਟਾਕੇ ਚਲਾ ਰਹੇ ਨੇ, ਪਰ ਬਾਅਦ 'ਚ ਪਤਾ ਲੱਗਦਾ ਹੈ ਕਿ ਘਟਨਾ 'ਤੇ ਗੋਲੀ ਚੱਲੀ ਹੈ ਅਤੇ ਉੱਥੇ ਹੀ ਨਾਲ ਲੱਗਦੇ ਕੋਠੀ 'ਚ ਆਪ ਆਗੂ ਦੇ ਗਨਮੈਨ ਨੂੰ ਜਦ ਗੋਲੀ ਦੀ ਆਵਾਜ਼ ਆਉਂਦੀ ਹੈ ਤਾਂ ਉਹ ਮੌਕੇ 'ਤੇ ਹੀ ਹਮਲਾਵਰਾਂ ਦੇ ਪਿੱਛੇ ਭੱਜਦਾ। ਹਾਲਾਂਕਿ ਕਈ ਕਿਲੋਮੀਟਰ ਤੱਕ ਉਹ ਹਮਲਾਵਰਾਂ ਦਾ ਪਿੱਛਾ ਕਰਦਾ ਅਤੇ ਪਿੱਛਾ ਕਰਨ ਤੋਂ ਬਾਅਦ ਸਥਾਨਕ ਹੋਰ ਜੋ ਪੁਲਿਸ ਕਰਮੀ ਉੱਥੇ ਮੌਜੂਦ ਸੀ ਉਹਨਾਂ ਦੇ ਨਾਲ ਹਮਲਾਵਰਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕਰਦਾ ਅਤੇ ਦੋਹਾਂ ਹਮਲਾਵਰਾਂ ਵਿੱਚੋਂ ਇੱਕ ਹਮਲਾਵਰ ਨੂੰ ਉਹ ਫੜ ਲੈਂਦਾ ਅਤੇ ਸਥਾਨਕ ਪੁਲਿਸ ਚੌਂਕੀ ਨੂੰ ਫੜਾ ਦਿੰਦਾ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਸੰਬੰਧੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ, ਪਰ ਤਾਜ਼ਾ ਅਪਡੇਟ ਇਹ ਆਈ ਹੈ ਕਿ ਜੋ ਨੌਜਵਾਨ ਫਿਲਹਾਲ ਜ਼ਖਮੀ ਦੱਸਿਆ ਜਾ ਰਿਹਾ ਸੀ ਉਸਦੀ ਹੁਣ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਦਮਨ ਗੋਰਾਇਆ ਬਟਾਲਾ ਦੇ ਹਾਥੀਗੇਟ ਦੇ ਵਾਸੀ ਸੀਗਾ ਅਤੇ ਹਜੇ ਫਿਲਹਾਲ ਜੋ ਉਸਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ, ਇਸ ਸੰਬੰਧੀ ਕੋਈ ਵੀ ਹਜੇ ਪੁਲਿਸ ਦੇ ਵੱਲੋਂ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਕਿਹਨਾਂ ਕਾਰਨਾਂ ਕਰਕੇ ਹਮਲਾਵਰਾਂ ਦੇ ਵੱਲੋਂ ਗੋਲੀ ਚਲਾਈ ਗਈ। ਫਿਲਹਾਲ ਪੁਲਿਸ ਦੇ ਵੱਡੇ ਅਧਿਕਾਰੀ ਜੋ ਨੇ ਉਹ ਘਟਨਾ ਸਥਲ 'ਤੇ ਪਹੁੰਚੇ, ਉਹਨਾਂ ਦੇ ਵੱਲੋਂ ਜੋ ਸੰਬੰਧਿਤ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਜੋ ਮਾਮਲਾ ਹੈ CCTV ਤਸਵੀਰਾਂ ਦੇ ਆਧਾਰ 'ਤੇ ਉਹ ਦਰਜ ਕਰ ਦਿੱਤਾ ਗਿਆ ਔਰ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਗੋਲੀ ਚੱਲੀ ਹੈ ਕਿਉਂਕਿ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਕਲੋਨੀ ਦੇ ਵਿੱਚ ਸਕੂਲ ਹੈ ਜਿੱਥੇ ਕਿ ਬੱਚੇ ਜੋ ਹੈ ਖੜ੍ਹੇ ਸੀਗੇ ਸਕੂਲ ਦੇ ਬਾਹਰ ਔਰ ਜਿਵੇਂ ਹੀ ਗੋਲੀ ਚੱਲਦੀ ਹੈ ਤਾਂ ਮੌਕੇ 'ਤੇ ਹੀ ਹਫੜਾ ਦਫੜੀ ਮੱਚ ਜਾਂਦੀ ਹੈ। ਹਰ ਕੋਈ ਇੱਧਰ ਉੱਧਰ ਭੱਜਦਾ ਹੋਇਆ ਵਿਖਾਈ ਦਿੰਦਾ, ਪਰ ਉੱਥੇ ਹੀ ਜੋ ਸਥਾਨਕ ਲੋਕ ਸੀਗੇ ਜੋ ਦਮਨ ਗੋਰਾਇਆ ਦੇ ਜੋ ਯਾਰ ਦੋਸਤ ਸੀਗੇ ਮ੍ਰਿਤਕ ਦੇ ਤਾਂ ਉਹ ਉਸਨੂੰ ਹਸਪਤਾਲ ਲਈ ਇਲਾਜ ਲਈ ਲੈ ਕੇ ਜਾਂਦੇ ਨੇ, ਪਰ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸਦਾ ਕੋਈ ਕਾਰਨ ਹਜੇ ਸਪਸ਼ਟ ਨਹੀਂ ਸਾਹਮਣੇ ਆਇਆ ਕਿ ਹਮਲਾਵਰਾਂ ਦੇ ਵੱਲੋਂ ਕਿਉਂ ਹਮਲਾ ਕੀਤਾ ਗਿਆ, ਕਿਸ ਕਾਰਨ ਕਰਕੇ ਉਹਨਾਂ ਨੇ ਉਸ ਨੌਜਵਾਨ 'ਤੇ ਗੋਲੀਆਂ ਚਲਾਈਆਂ ਸੀ, ਪਰ ਉੱਥੇ ਹੀ ਜੋ ਆਪ ਆਗੂ ਦਾ ਗਨਮੈਨ ਸੀ ਉਸਨੇ ਦਲੇਰੀ ਦਿਖਾਈ, ਉਹ ਮੌਕੇ 'ਤੇ ਹੀ ਉਹ ਹਮਲਾਵਰਾਂ ਦੇ ਪਿੱਛੇ ਚਲਾ ਗਿਆ ਅਤੇ ਕਈ ਕਿਲੋਮੀਟਰ ਤੱਕ ਉਸਨੇ ਉਹਨਾਂ ਦਾ ਭੱਜ ਕੇ ਪਿੱਛਾ ਕੀਤਾ ਅਤੇ ਫਿਰ ਸਥਾਨਕ ਜੋ ਹੋਰ ਪੁਲਿਸ ਕਰਮੀ ਸੀਗੇ ਨੇੜਲੇ ਚੌਂਕਾਂ ਦੇ ਉਹਨਾਂ ਦੇ ਨਾਲ ਮਿਲ ਕੇ ਉਸਨੇ ਹਮਲਾਵਰਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਇੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਇੱਕ ਹਮਲਾਵਰ ਨੂੰ ਉਹਨਾਂ ਨੇ ਫੜ ਕੇ ਸਥਾਨਕ ਚੌਂਕੀ ਨੂੰ ਫੜਾ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਇਹ ਸਾਰਾ ਜੋ ਹੈ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ। ਆਸੇ ਪਾਸੇ ਦੀਆਂ ਜੋ CCTV ਤਸਵੀਰਾਂ ਨੇ ਉਹ ਖੰਗਾਲੀ ਜਾ ਰਹੀਆਂ ਨੇ ਕਿ ਤਾਂ ਜੋ ਹਮਲਾਵਰਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ ਅਤੇ ਉਹਨਾਂ 'ਤੇ ਕਾਰਵਾਈ ਕੀਤੀ ਜਾ ਸਕੇ।